ਸਤ ਸ੍ਰੀ ਅਕਾਲ ਦੋਸਤੋ ਹੁਣ ਤੱਕ ਆਪਾਂ ਪ੍ਰਾਚਨ ਭਾਰਤ ਤੇ 22 ਵੀਡੀਓਜ਼ ਬਣਾ ਚੁੱਕੇ ਆ ਜਿਨ੍ਹਾਂ ਦੇ ਵਿੱਚ ਆਪਾਂ ਫੋਕਸ ਕੀਤਾ ਹੋਇਆ ਪੰਜਾਬ ਲੈਕਚਰਰ ਕੈਡਰ ਨੂੰ ਤੇ ਪੰਜਾਬ ਲੈਕਚਰਰ ਕੈਡਰ ਦੇ ਭਾਰਤ ਦੇ ਇਤਿਹਾਸ ਤੇ ਆਪਾਂ ਮੌਰੀਆ ਕਾਲ ਤੱਕ ਸਿਲੇਬਸ ਕਵਰ ਕਰ ਚੁੱਕੇ ਆ ਅੱਜ ਆਪਾਂ ਸਮੁੰਦਰ ਗੁਪਤ ਤੇ 23ਵੀਂ ਵੀਡੀਓ ਬਣਾਵਾਂਗੇ ਤੇ ਇਹ ਵੀਡੀਓਜ਼ ਦੇ ਵਿੱਚ ਆਪਾਂ ਜ਼ਿਆਦਾਤਰ ਸਿੰਗਲ ਲਾਈਨ ਕੁਐਸਚਨ ਲੈ ਕੇ ਆਉਣੇ ਆ ਜਿਨ੍ਹਾਂ ਦਾ ਮਕਸਦ ਕਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਫੈਕਟ ਤੁਹਾਡੇ ਨਾਲ ਸਾਂਝੇ ਕਰਨਾ ਹੁੰਦਾ ਹੈ ਤੇ ਇਹਨਾਂ ਦੇ ਵਿੱਚ UGC NET ਤੇ ਅਸਿਸਟੈਂਟ ਪ੍ਰੋਫੈਸਰ ਮਾਸਟਰ ਕੇਡਰ ਹੋਰ ਜੋ ਹਿਸਟਰੀ ਨਾਲ ਸੰਬੰਧਿਤ ਹੋਰ ਜਿੰਨੇ ਵੀ ਐਗਜ਼ਾਮ ਨੇ ਉਹ ਸਾਰੇ ਐਗਜ਼ਾਮਾਂ ਨੂੰ ਇਹ ਸਵਾਲ ਕਵਰ ਕਰਦੇ ਨੇ ਤੇ ਇਹਨਾਂ ਦਾ ਲੈਵਲ ਥੋੜਾ ਹਾਈ ਹੁੰਦਾਗਾ ਤੇ ਆਪਾਂ ਸਿੰਪਲ ਸਵਾਲ ਇਹ ਸੀਰੀਜ਼ ਦੇ ਵਿੱਚ ਬਹੁਤ ਘੱਟ ਲੈ ਕੇ ਆਏ ਜਾਗੇ ਤੇ ਜੋ ਆਪਣੀ ਸੈਕੰਡ ਸੀਰੀਜ਼ ਹੋ ਉਹਦੇ ਵਿੱਚ ਸਿੰਪਲ ਸਵਾਲ ਵੀ ਹੋਣਗੇ ਤੇ ਟਾਪ ਸਵਾਲ ਵੀ ਹੋਣਗੇ ਤੇ ਅੱਜ ਦੀ ਆਪਣੀ ਵੀਡੀਓ 23ਵੀਂ ਵੀਡੀਓ ਸਮੁੰਦਰ ਗੁਪਤ ਨਾਲ ਸੰਬੰਧਿਤ ਆ ਜਿੰਦੇ ਵਿੱਚ ਪਹਿਲਾ ਸਵਾਲ ਆ ਸਮੁੰਦਰ ਗੁਪਤ ਨੇ ਕਿਹੜੀਆਂ ਉਪਾਦੀਆਂ ਧਾਰਨ ਕੀਤੀਆਂ ਤਾਂ ਉਹਨਾਂ ਨੇ ਉਪਾਦੀਆਂ ਧਾਰਨ ਕੀਤੀਆਂ ਸੀ ਅਸ਼ਮੇਗ ਪਰਮ ਭਟਾਰਕ ਵਿਆਗਕਰ ਪ੍ਰਾਕਰਮ ਤਾਂ ਹੁਣ ਇੱਕ 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 ਕੁਐਸਚਨ ਵੀ ਬਣ ਸਕਦਾ ਵੀ ਅਸ਼ਮੇਗ ਉਪਾਦੀ ਕਿਹਨੇ ਧਾਰਨ ਕੀਤੀ ਉਹ ਸਮੁੰਦਰ ਗੁਪਤ ਨੇ ਧਾਰਨ ਕੀਤੀ ਪਰਮ ਪ੍ਰਟਾਰਕ ਅਪੱਧਿਕ ਨੇ ਧਾਰਨ ਕੀਤੀ ਉਹ ਵੀ ਸਮੁੰਦਰ ਗੋਪਤ ਨੇ ਧਾਰਨ ਕੀਤੀ ਪਰਮ ਪ੍ਰਟਾਰਕ ਹੁਣ ਵਿਆਕਰ ਪਰ ਕਰਮ ਇਹ ਅਪੱਧਿਕ ਨੇ ਧਾਰਨ ਕੀਤੀ ਇਹ ਵੀ ਸਮੁੰਦਰ ਗੋਪਤ ਨੇ ਇਹ ਲਗ ਲਗ ਸਵਾਲ ਐਸਾ ਬਣ ਸਕਦੇ ਆ ਨੈਕਸਟ ਸਵਾਲ ਦੂਜਾ ਜਿਹੜਾ ਬੀਏ ਸਮਿਥ ਆ ਬੀਏ ਸਮਿਥ ਆ ਇਹਨੇ ਆਪਣੀ ਕਿਹੜੀ ਕਿਤਾਬ ਚ ਸਮੁੰਦਰ ਗੋਪਤ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਹੁਣ ਇੱਕ ਸਵਾਲ ਬਣਦਾ ਵੀ ਭਾਰਤ ਦਾ ਨੈਪੋਲੀਅਨ ਕਿਹਨੂੰ ਕਿਹਾ ਜਾਂਦਾ ਉਹ ਸਮੁੰਦਰ ਗੋਪਤ ਨੂੰ ਕਿਹਾ ਜਾਂਦਾ ਕੀਨੇ ਕਿਹਾ ਇਹ ਬੀ ਐਸ ਸਮਿਥ ਨੇ ਕਿਹਾ ਉਹਨੇ ਕਿਹੜੀ ਕਿਤਾਬ ਚ ਕਿਹਾ ਤਾਂ ਉਹਨੇ ਕਿਹਾਗਾ अर्ਲੀ ਹਿਸਟਰੀ ਆਫ ਇੰਡੀਆ ਕਿਹੜੀ ਕਿਤਾਬ ਚ अर्ਲੀ ਹਿਸਟਰੀ ਆਫ ਇੰਡੀਆ ਚ ਨੈਕਸਟ ਸਵਾਲ ਤੀਜਾ ਸਮੁੰਦਰ ਗੁਪਤ ਦੇ ਪੁੱਤਰ ਸਨ ਕਿਹੜੇ ਕਿਹੜੇ ਸੀਗੇ ਦੋ ਪੁੱਤਰ ਸੀ ਉਹਨਾਂ ਦੇ ਇੱਕ ਸੀ ਰਾਮ ਗੁਪਤ ਇੱਕ ਸੀ ਚੰਦਰ ਗੁਪਤ ਤੇ ਇਹਨਾਂ ਦੀ ਵੀ ਇੱਕ ਅਲੱਗ ਕਹਾਣੀ ਹੈਗੀ ਹੁਣ ਇਹਦਾ ਥੋੜਾ ਜਿਹਾ ਜਿਹੜਾ ਰਾਮ ਗੁਪਤ ਨਾਲ historical evidence ਮਿਲ ਗਏ ਤੇ ਇਸ ਬਾਰੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਜਦੋਂ ਆਪਾਂ ਸਮੁੰਦਰ ਗੁਪਤ ਦੇ ਸਿਲੇਬਸ ਆਪਾਂ ਵੀਡੀਓ ਬਣਾਵਾਂਗੇ ਕਿਉਂਕਿ ਦੋ ਹੀ ਆਪਣੇ ਸਮੁੰਦਰ ਗੁਪਤ ਤੇ ਚੰਦਰ ਗੁਪਤ ਦੋਨੇ ਜੋ ਆਪਣੇ ਲੈਕਚਰ ਅਕੈਡਰ ਦਾ ਸਿਲੇਬਸ ਦਾ ਪਾਰਟ ਨੇ ਸਮੁੰਦਰ ਗੁਪਤ ਤੇ ਚੰਦਰ ਗੁਪਤ ਦੇ ਇੱਕ ਪਤਨ ਦੇ ਕਾਰਨ ਗੁਪਤਾਂ ਦੇ ਪਤਨ ਦੇ ਕਾਰਨ ਇੰਨਾ ਕੁ ਸਿਲੇਬਸ ਦੇ ਪਾਰਟ ਨੇ ਗੁਪਤਾਂ ਦੇ ਵਿੱਚੋਂ ਤੇ ਜ਼ਿਆਦਾ ਫालतੂ ਨਾ ਪੜੀ ਜਾਇਓ ਕਿਉਂਕਿ ਟਾਈਮ ਥੋੜਾ ਦਾ ਪੰਜਾਬ ਲੈਕਚਰ ਅਕੈਡਰ ਲਈ 19 ਤੋਂ 25 ਮਾਰਚ ਦੇ ਵਿੱਚ ਵਿੱਚ ਪੇਪਰ ਹੋਣ ਦੀ ਸੁਭਾਵਨਾ ਪੂਰੀ ਹੈ। ਨੈਕਸਟ ਸਾਡਾ ਚੌਥਾ ਸਵਾਲ ਗੁਪਤ ਕਾਲ ਨੂੰ ਸਭ ਤੋਂ ਪਹਿਲਾਂ 골ਡਨ ਏਜ ਕਿਸ ਨੇ ਕਿਹਾ? ਹੁਣ ਇਹ ਹਰੇਕ ਨੂੰ ਪਤਾ ਕਿ 골ਡਨ ਏਜ ਗੁਪਤ ਕਾਲ ਨੂੰ ਕਿਹਾ ਜਾਂਦਾ ਹੈ। ਤਾਂ ਇਹ ਕਿਹਾ ਸੀ ਕੇ ਐਮ ਮੁੰਸੀ ਨੇ। ਇਹ ਸਮੁੰਦਰ ਗੁਪਤ ਤੋਂ ਚੰਦਰ ਗੁਪਤ ਤੱਕ ਦੇ ਟਾਈਮ ਨੂੰ ਕਿਹਾ ਜਾਂਦਾ ਹੈ। ਸਮੁੰਦਰ ਗੁਪਤ ਤੋਂ ਸਕੰਦ ਗੁਪਤ ਤੱਕ ਸਕੰਦ ਗੁਪਤ ਤੱਕ ਇਹਦੇ ਟਾਈਮ ਨੂੰ 골ਡਨ ਏਜ ਕਿਹਾ ਕਿਨੇ ਕੇ ਐਮ ਮੁੰਸੀ ਨੇ। ਨੈਕਸਟ ਪੰਜਵਾਂ ਸਵਾਲ ਸਮੁੰਦਰ ਗੋਪਤ ਨੂੰ ਆਪਣੇ ਭਰਾ ਕਾਂਜ ਦੇ ਵਿਰੁੱਧ ਉੱਤਰਾਧਿਕਾਰ ਦਾ ਜਦੋਂ ਲੜਨਾ ਪਿਆ ਸਭ ਤੋਂ ਪਹਿਲਾਂ ਇਹ ਮਤ ਕਿਸ ਨੇ ਦਿੱਤਾ ਸੀ? ਤਾਂ ਇਹ ਮਤ ਦਿੱਤਾ ਸੀ ਫਾਦਰ ਹਿਰਾਸ ਨੇ। ਕਿਹਨੇ? ਫਾਦਰ ਹਿਰਾਸ ਨੇ ਮਤ ਦਿੱਤਾ ਸੀਗਾ। ਸਮੁੰਦਰ ਗੋਪਤ ਨੂੰ ਆਪਣੇ ਭਰਾ ਕਾਂਜ ਦੇ ਵਿਰੁੱਧ ਉੱਤਰਾਧਿਕਾਰ ਦਾ ਹੁਣ ਕਈ ਅਵਲੇਖਾਂ ਦੇ ਵਿੱਚ ਕਾਂਜ ਸਮੁੰਦਰ ਗੋਪਤ ਨੂੰ ਵੀ ਕਿਹਾ ਗਿਆ। ਪਰ ਜਦੋਂ ਫਾਦਰ ਹਿਰਾਸ ਦਾ ਨਾਂ ਆਉਂਦਾ ਤਾਂ ਇਹ ਇਹਨੂੰ ਉਹਦਾ ਭਰਾ ਕਹਿੰਦਾ ਹੈਗਾ ਵੀ ਆਪਣੇ ਭਰਾ ਵਿਰੁੱਧ ਉਹਨੇ ਕਿਹਾ ਉੱਤਰਾਧਿਕਾਰ ਦਾ ਯੁੱਧ ਲੜਿਆ ਸੀ। ਇਸ ਤੋਂ ਬਾਅਦ ਉਹ ਰਾਜਗਦੀ ਤੇ ਬੈਠਿਆ ਸੀ ਨੈਕਸਟ ਸੇਮਾ ਸਵਾਲ ਕਿਸ ਅਨੁਸਾਰ ਸਮੁੰਦਰ ਗੁਪਤ ਨੇ ਆਪਣੇ ਭਰਾ ਤੁਲਿਆ ਕੁਲਜ ਨਾਲ ਉੱਤਰਾਧਿਕਾਰ ਯੁੱਧ ਲੜਿਆ ਹੁਣ ਪ੍ਰਯਾਗ ਪ੍ਰਸਤੀ ਆ ਇਹ ਬਹੁਤ ਮਸ਼ਹੂਰ ਆ ਜਿਹੜੇ ਸਾਥੀਆਂ ਨੂੰ ਇਹ ਪਤਾ ਹੋਵੇ ਪ੍ਰਯਾਗ ਪ੍ਰਸਤੀ ਲਿਖਣਾ ਲਿਖੀ ਕਿਸ ਦੁਆਰਾ ਸੀ ਤਾਂ ਉਹ ਕਮੈਂਟ ਕਮੈਂਟ ਬਾਕਸ ਦੇ ਵਿੱਚ ਜਰੂਰ ਜਵਾਬ ਦਿਓ ਕਿ ਪ੍ਰਯਾਗ ਪ੍ਰਸਤੀ ਹੈ ਜਿਹੜੀ ਇਹ ਕਿਸ ਨੇ ਲਿਖੀ ਸੀ ਤਾਂ ਹੁਣ ਇਸ ਦੇ ਅਨੁਸਾਰ ਸਮੁੰਦਰ ਗੁਪਤ ਨੇ ਆਪਣੇ ਭਰਾ ਤੁਲਿਆ ਕੁਲਜ ਕੋਣ ਸੀਗਾ ਤੁਲਿਆ ਕੁਲਜ ਉਹਦੇ ਨਾਲ ਉੱਤਰਾ ਅਧਿਕਾਰ ਦਾ ਯੁੱਧ ਲੜਿਆ ਸੀ ਨੈਕਸਟ ਸਵਾਲ 7ਵਾਂ ਲਿਛਵੀ ਦੋਹਤਰ ਉਪਾਦੀ ਕਿਸ ਨੇ ਅਪਣਾਈ ਜਾਂ ਕਿਸ ਨੇ ਧਾਰਨ ਕੀਤੀ ਤਾਂ ਇਹ ਧਾਰਨ ਕੀਤੀ ਸੀ ਸਮੁੰਦਰ ਗੁਪਤ ਨੇ ਨੈਕਸਟ 8ਵਾਂ ਸਵਾਲ ਕਿਸ ਸਰੋਤ ਹੁਣ ਸਰੋਤਾਂ ਦੇ ਵੀ ਸਵਾਲ ਬਣਦੇ ਨੇ ਅਨੁਸਾਰ ਗੰਦਰਵ ਵਿਦਿਆ ਗੰਦਰਵ ਨੂੰ ਤਾਂ ਲਵ ਨੂੰ ਕਹਿੰਦੇ ਆ ਪਿਆਰ ਨੂੰ ਕਹਿੰਦੇ ਆ ਗੰਦਰਵ ਵਿਦਿਆ ਚਨਪੁੰਨਤਾ ਕਾਰਨ ਸਮੁੰਦਰ ਗੁਪਤ ਨੇ ਇੰਦਰ ਦੇ ਆਚਾਰਿਆ ਕੌਣ ਸੀ ਕਸ਼ਯਪ ਨਾਰਦ ਤੁੰਬਰੂ ਨੂੰ ਬੇਇੱਜ਼ਤ ਕੀਤਾ ਸੀ ਤਾਂ ਇਹ ਪ੍ਰਯਾਗ ਪ੍ਰਸਸਤੀ ਅਨੁਸਾਰ ਕੀਤਾ ਸੀ ਜੁਜੀਸੀ ਨੈਟ ਦੇ ਵਿੱਚ ਮਿੱਥ ਤੇ ਜਿਹੜੀਆਂ ਇਹ ਮਿੱਥ ਨੇ ਠੀਕ ਹੈ ਇਤਿਹਾਸਿਕ ਕਰੈਕਟਰ ਨੇ ਉਹਨਾਂ ਤੇ ਵੀ ਸਵਾਲ ਬਣੇ ਹੋਏ ਨੇ ਤੇ ਇਸ ਲਈ ਅਜੇ ਇਹ ਫੈਕਟਰ ਵੀ ਯਾਦ ਰੱਖਿਓ ਸਾਥਿਓ ਨੈਕਸਟ ਸਵਾਲ ਨੋਮਾ ਸਮੁੰਦਰ ਗੁਪਤ ਦੀ ਰਾਣੀ ਕੌਣ ਸੀ ਤਾਂ ਸਮੁੰਦਰ ਗੁਪਤ ਦੀ ਰਾਣੀ ਸੀ ਦੱਤ ਦੇਵੀ ਤਾਂ ਇਹਦਾ ਲੇਖ ਕਿਹੜੇ ਅਵਲੇਖ ਚ ਮਿਲਦਾ ਇਹ ਮਿਲਦਾਗਾ ਐਰਨਾਵਲੇਖ ਚ ਕਿਹਨੇ ਚ ਐਰਨਾਵਲੇਖ ਚ ਨੈਕਸਟ 10ਵਾਂ ਸਵਾਲ ਕਿਸ ਨੂੰ 100 ਯੁੱਧਾਂ ਦਾ বিজেਤਾ ਕਿਹਾ ਜਾਂਦਾ ਤਾਂ ਹੀ ਇਹਨੂੰ ਭਾਰਤ ਦਾ ਨਪੂਲੇ ਨੇ ਕਿਹਾ ਜਾਂਦਾ ਸਭ ਤੋਂ ਜ਼ਿਆਦਾ ਯੁੱਧ ਜਿੱਤਣ ਵਾਲਾ ਬੰਦਾ ਵੀ ਸਮੁੰਦਰ ਗੁਪਤੀ ਸੀਗਾ ਤਾਂ ਇਸ ਨੂੰ 100 ਯੁੱਧਾਂ ਦਾ বিজেਤਾ ਕਿਹੜੇ ਅਵਲੇਖ ਚ ਜਾਂ ਕਿਹੜੀਆਂ ਮੁੰਦਰਾਵਾਂ ਚ ਕਿਹਾ ਜਾਂਦਾ ਇਹਦੀ ਕਰੰਸੀ ਹੈ ਗੁਰੜ ਜਿਹਨਾਂ ਚ ਇਹ ਗੁਰੜੋ ਵੀ ਬਣਿਆ ਹੋਇਆਗਾ ਤਾਂ ਗੁਰੜ ਮੁੰਦਰਾਵਾਂ ਦੇ ਵਿੱਚ ਇਹਨੂੰ ਲਿਖਿਆ ਹੋਇਆ 100 ਯੁੱਧਾਂ ਦਾ বিজেਤਾ ਨੈਕਸਟ 11ਵਾਂ ਸਵਾਲ ਚੰਦਰ ਪ੍ਰਕਾਸ਼ ਕੌਣ ਸੀ ਚੰਦਰਪ੍ਰਕਾਸ਼ ਸਮੁੰਦਰ ਗੁਪਤ ਦਾ ਹੀ ਨਾਮ ਆ ਜੋ ਬ੍ਰਾਹਮਣ ਹੁਣ ਬ੍ਰਾਹਮਣ ਇੱਕ ਬੰਦਾ ਜਿਹਨੇ ਕਾਵਿਆਲੰਕਾਰ ਸੂਤਰ ਲਿਖਿਆ ਕਾਵਿਆਲੰਕਾਰ ਸੂਤਰ ਦੇ ਵਿੱਚ ਸਮੁੰਦਰ ਗੁਪਤ ਵਾਸਤੇ ਨਾਮ ਵਰਤਿਆ ਹੋਇਆਗਾ ਚੰਦਰਪ੍ਰਕਾਸ਼ ਕੀ ਚੰਦਰਪ੍ਰਕਾਸ਼ ਨੈਕਸਟ 12ਵਾਂ ਸਵਾਲ ਸਮੁੰਦਰ ਗੁਪਤ ਨੇ ਕਿਹੜੇ ਗ੍ਰੰਥ ਦੀ ਰਚਨਾ ਕੀਤੀ ਉਹ ਇੱਕ ਲੇਖਕ ਵੀ ਸੀ ਇਸ ਲਈ ਉਹਨੂੰ ਕਵੀ ਰਾਜ ਦੀ ਪੱਦੀ ਵੀ ਧਾਰਨ ਕੀਤੀ ਉਹਨੇ ਕਵੀ ਰਾਜ ਤਾਂ ਉਹਨੇ ਕਿਹੜੇ ਗ੍ਰੰਥ ਦੀ ਰਚਨਾ ਕੀਤੀ ਕ੍ਰਿਸ਼ਨ ਚਰਿਤ੍ਰ ਦੀ ਕ੍ਰਿਸ਼ਨ 74 ਦੀ ਨੈਕਸਟ 13ਵਾਂ ਸਵਾਲ ਸਮੁੰਦਰ ਗੁਪਤ ਦਾ ਖਾਤੇ ਟਪਾਕ ਇੱਕ ਹੁਣ ਇੱਕ ਖਾਧੇ ਟਪਾਕ ਇੱਕ ਜਿਹਨੂੰ ਕਹਿੰਦੇ ਆ ਰਾਜਕੀਏ ਭੋਜਨ ਘਰ ਦਾ ਮੁਖੀ ਕੌਣ ਸੀਗਾ ਤਾਂ ਉਹ ਸੀ ਤ੍ਰਉਪੂਤੀ ਨੈਕਸਟ 14ਵਾਂ ਸਵਾਲ ਹੈਗਾਗਾ ਸਮੁੰਦਰ ਗੁਪਤ ਦੇ ਦਰਬਾਰ ਚ ਕਿਹੜੇ ਬੋਧ ਵਿਦਵਾਨ ਸੀ ਹੁਣ ਬੁੱਧ ਧਰਮ ਨਾਲ ਸੰਬੰਧਿਤ ਵੀ ਵਿਦਵਾਨ ਉਹਦੇ ਦਰਬਾਰ ਚ ਸੀਗੇ ਇੱਕ ਸੀ ਵਸੂਬੰਦੂ ਇੱਕ ਸੀ ਅਸੰਗ ਹੁਣ ਅੱਗੇ ਇਹਨਾਂ ਨੇ ਰਚਨਾਵਾਂ ਪੜ੍ਹਦੇ ਆ ਅਭੀਧਰਮ ਕੋਸ਼ ਇਹ ਕਿੰਦੀ ਰਚਨਾ ਇਹ ਹੈਗੀ ਆ ਵਸੂਵੰਦੂ ਦੀ ਕਿੰਦੀ ਵਸੂਵੰਦੂ ਦੀ ਤੇ ਜੋਗਾਚਾਰ ਇਹ ਕਿੰਦੀ ਰਚਨਾ ਕੀ ਇਹ ਹੈਗੀ ਆ ਸੰਗ ਦੀ ਇਹ ਰਚਨਾਵਾਂ ਵੀ ਯਾਦ ਰੱਖਿਓ ਇਹ ਪੁੱਛਿਆ ਜਾ ਸਕਦੀਆਂ ਨੇ ਨੈਕਸਟ 17ਵਾਂ ਸਵਾਲ Sri Lanka ਦੇ ਕਿਹੜੇ ਰਾਜੇ ਨੇ ਸਮੁੰਦਰ ਗੁਪਤ ਕੋਲ ਬੋਧਗਯਾ ਚ ਇੱਕ ਬੋਧ ਮੰਦਰ ਬਣਾਉਣ ਦੀ ਆਗਿਆ ਲੈਣ ਲਈ ਰਾਜਦੂਤ ਭੇਜਿਆ ਇਹ ਸਵਾਲ ਲਗਭਗ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੀ ਹੋਣਾ ਇਹ ਭੇਜਿਆ ਸੀ ਮੇਘ ਵਰਮਨ ਨੇ ਕਿਹਨੇ ਮੇਘ ਵਰਮਨ ਨੇ ਤੇ ਇਹ ਜਿਹੜੇ ਚੀਨੀ ਅਭਿਲੇਖ ਨੇ ਜਾਂ ਚੀਨੀ ਲਿਖਤਾਂ ਨੇ ਇਹਨਾਂ ਚੇ ਵਰਣਨ ਮਿਲਦਾ ਫਾਹੀਆਨ ਹਿਉਨ ਸੰਗ ਇਹ ਆਪਣਾ ਇਹ ਲਿਖਤਾਂ ਦੇ ਵਿੱਚ ਵਰਣਨ ਕਰਦੇ ਨੇ ਠੀਕ ਹੈ ਨੈਕਸਟ ਸਵਾਲ 18ਵਾਂ ਸਮੁੰਦਰਗੁਪਤ ਨੇ ਪਹਿਲੇ ਆਰੀਆ ਵਰਤ ਯੁੱਧ ਚ ਆਰੀਆ ਵਰਤ ਉਤਰੀ ਭਾਰਤ ਨੂੰ ਕਿਹਾ ਜਾਂਦਾ ਤਾਂ ਇਹ ਯੁੱਧ ਦੇ ਵਿੱਚ ਕਿਹੜੇ ਚਾਰ ਰਾਜਾ ਨੂੰ ਹਰਾਇਆ ਸੀ ਹੁਣ ਇਹ ਸਵਾਲ ਵੀ ਬਣਦਾ ਵੀ ਸਮੁੰਦਰਗੁਪਤ ਨੇ ਪਹਿਲੇ ਆਰੀਆ ਵਰਤ ਚ ਕਿੰਨੇ ਰਾਜਾ ਨੂੰ ਹਰਾਇਆ ਉਹਨੇ ਚਾਰ ਨੂੰ ਹਰਾਇਆ ਤੇ ਚਾਰ ਕੜੇ ਸੀ ਇੱਕ ਤਾਂ ਅਚੂਤ ਸੀ ਇੱਕ 나ਗਸੇਨ ਸੀ ਇੱਕ ਕੋਤਕੁਲਜ ਸੀ ਤੇ ਇੱਕ ਗਣਪਤੀ 나ਗ ਸੀਗਾ ਠੀਕ ਹੈ ਇਹ 나ਗ ਰਾਜੇ ਸੀਗੇ ਦੋਨੇ ਤੇ ਇੱਕ ਕੋਤਕੁਲਜ ਸੀਗਾ ਇਹਨੂੰ ਗੁਲਾਮ ਬਣਾ ਲਿਆ ਸੀਗਾ ਅਚੂਤ ਇਹ ਚਾਰਾਂ ਰਾਜਿਆਂ ਨੂੰ ਹਰਾ ਕੇ ਫਿਰ ਦੱਖਣ ਦੇ ਵਿੱਚ ਜਾਂਦਾ ਦੱਖਣ ਦੇ ਵਿੱਚ ਸਮੁੰਦਰ ਗੋਪਤ ਨੇ ਕਿੰਨੇ ਰਾਜਿਆਂ ਨੂੰ ਹਰਾਇਆ 12 ਨੂੰ ਠੀਕ ਹੈ ਹੁਣ ਆਪਾਂ ਮੈਂ 12 ਰਾਜਿਆਂ ਦਾ ਸਾਰਿਆਂ ਦਾ ਨਾਮ ਦਿੰਦਾ ਇੱਥੇ ਤਾਂ ਜਿਵੇਂ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ 24 ਤੀਰਥੰਕਰ ਹੋਇਆ ਉਹਨਾਂ ਦੇ ਵਿੱਚੋਂ ਤੀਜਾ ਚੌਥਾ ਵੀ ਪੁੱਛ ਲੈਣਗੇ ਤਾਂ ਇਹ ਮਾਸਟਰ ਕੈਟਰ ਦੇ ਵਿੱਚ ਪਿਛਲੇ ਦੇ ਵਿੱਚ ਪੇਪਰ ਦੇ ਵਿੱਚ ਪੁੱਛ ਲਿਆ ਸੀ ਇਸ ਲਈ ਐਗਜ਼ਾਮੀ ਦੇ ਸਾਹਮਣੇ ਬੈਠਾ ਜਿਹੜਾ ਉਹ ਕਿਵੇਂ ਵੀ ਸਵਾਲ ਬਣਾ ਸਕਦਾ ਵੀ 12 ਜਿਹੜੇ ਰਾਜੇ ਨੇ ਦੱਖਣ ਦੇ ਜਿਹੜੇ ਸਮੁੰਦਰ ਗੁਪਤ ਨੇ ਹਰਾਏ ਇਹਨਾਂ ਚ ਵੀ ਕੋਈ ਨਾ ਕੋਈ ਨਾਮ ਸਵਾਲ ਨਾ ਪੁੱਛ ਸਕਦਾ ਠੀਕ ਹੈ ਚਾਰ ਆਪਸ਼ਨਾਂ ਦੇ ਵਿੱਚ ਤਾਂ ਇਸ ਲਈ ਪ੍ਰਪੇਅਰ ਹੋਣਾ ਚਾਹੀਦਾਗਾ ਵੀ ਇਹ 12 ਰਾਜੇ ਜੇ ਥੋੜੇ ਯਾਦ ਹੁੰਦੇ ਆ ਘੱਟੋ ਘੱਟ ਚਾਰ ਪੰਜ ਤਾਂ ਥੋੜੇ ਯਾਦ ਹੋਣ ਠੀਕ ਹੈ ਇਹਦੇ ਵਿੱਚ ਆਪਾਂ ਅੱਜ ਸਾਰਿਆਂ ਦਾ ਜ਼ਿਕਰ ਕਰ ਲੈਣੇ ਆ ਕਾਉਂਸਲ ਦਾ ਮਹਿੰਦਰ ਸੀਗਾ ਜਿਹਨੂੰ ਹਰਾਇਆ ਸੀ ਇੱਕ ਮਹਾਕੰਤਾਰ ਦਾ ਬਿਆਗਰਾਸੀ ਇਹਨੂੰ ਵੀ ਹਰਾਇਆ ਸੀ ਤੇ ਕੁੰਗਲ ਦਾ ਮਟਰਾਜ ਇਹਨੂੰ ਹਰਾਇਆ ਪਿਸ਼ਟਪੁਰ ਦਾ ਮਹਿੰਦਰਗਿਰੀ ਇਹਨੂੰ ਵੀ ਹਰਾਇਆ ਤੇ ਇੱਕ ਕੋਟ ਟੂਰ ਦਾ ਸੁਆਮੀ ਦਤ ਇਹਨੂੰ ਵੀ ਹਰਾਇਆ ਅਰੰਡਪਲ ਦਾ ધਮਣ ਨੂੰ ਹਰਾਇਆ ਕਾਂਚੀ ਦੇ ਵਿਸ਼ਨੂੰ ਗੋਪ ਨੂੰ ਹੁਣ ਆ ਕਾਂਚੀ ਦਾ ਵਿਸ਼ਨੂੰ ਗੋਪ ਇਹ ਚਾਹ ਰੱਖੋ ਪੱਕਾ ਆ ਸਕਦਾ ਠੀਕ ਹੈ ਕਾਉਂਸਲ ਦਾ ਮਹਿੰਦਰ ਆ ਸਕਦਾ ਅਬ ਮੁਖਤ ਦਾ ਨੀਲ ਰਾਜ ਇਹਨੂੰ ਵੀ ਹਰਾਇਆ ਵੇਂਗੀ ਦਾ ਹਸ਼ਤ ਵਰਮਾ ਇਹ ਵੀ ਇੰਪੋਰਟੈਂਟ ਰਾਜਾ ਹੈ ਠੀਕ ਹੈ ਇਹਨੂੰ ਹਰਾਇਆ ਵੇਂਗੀ ਦਾ ਹਸ਼ਤ ਵਰਮਾ ਪਾਲਕੱਕ ਦਾ ਉਗਰसेन ਇਹਨੂੰ ਵੀ ਹਰਾਇਆ ਠੀਕ ਹੈ ਫਿਰ ਦੇਵਰਾਸ਼ਟਰ ਦਾ ਕੁਬੇਰ ਇਸਨੂੰ ਹਰਾਇਆ ਕੁਸਥਲਪੁਰ ਦਾ ਤਨੰਜੈ ਇਹ ਵੀ ਇੰਪੋਰਟੈਂਟ ਆ ਕੁਸਥਲਪੁਰ ਦਾ ਤਨੰਜੈ ਇਹਨੂੰ ਵੀ ਹਰਾਇਆ ਠੀਕ ਹੈ ਇਹ 12 ਰਾਜਾਂ ਦੇ ਨਾਮ ਜੇ ਯਾਦ ਰੱਖ ਸਕਦੇ ਹੋ ਜਰੂਰ ਯਾਦ ਰੱਖੋ ਕਈ ਵਾਰੇ ਪੁੱਛੇ ਜਾ ਸਕਦੇ ਆ ਐਗਜ਼ਾਮੀਨਰ ਸੈੱਟ ਕਰ ਸਕਦਾ ਜਿਵੇਂ 24 ਤੀਰਥੰਕਰਾਂ ਦੇ ਸੈੱਟ ਕਰਤਾ ਸੀ ਨੈਕਸਟ ਸਵਾਲ 20ਵਾਂ ਦੱਖਣ ਪਾਸ ਦੇ ਪ੍ਰਤੀ ਕਿਹੜੀ ਨੀਤੀ ਅਪਣਾਈ ਹੁਣ ਦੱਖਣ ਦੇ ਵਿੱਚ ਗਿਆ ਤਾਂ ਉਹਨੇ ਨੀਤੀ ਅਪਣਾਈ ਸੀ ਗ੍ਰਹਿਣ ਮੋਕਸ਼ਾ ਨੂੰ ਗ੍ਰਹਿ ਨੀਤੀ ਗ੍ਰਹਿਣ ਮੁਕਸ਼ਾ ਨੂੰ ਗ੍ਰਹਿ ਨੀਤੀ ਦਾ ਮਤਲਬ ਉਹਨੇ ਉਹਨਾਂ ਤੋਂ ਕਰ ਲੈ ਲੈ ਆ ਵੀ ਆ ਇਹਨੇ ਟਾਈਮ ਬਾਅਦ ਤੁਸੀਂ ਵੀ ਕਰ ਭੇਜੀ ਚਲੋ ਠੀਕ ਹੈ ਤੇ ਉਹਨਾਂ ਨੂੰ ਕਬਜ਼ਾ ਨਹੀਂ ਕੀਤਾ ਉਹਨਾਂ ਨੂੰ ਆਪਣੇ ਅੰਡਰ ਨਹੀਂ ਲਿਆਂਦਾ ਆਪਣੀ ਟੈਟਰੀ ਦੇ ਵੈਸੇ ਉਹਨਾਂ ਤੋਂ ਗ੍ਰਹਿਣ ਮੁਕਸ਼ਾ ਨੂੰ ਗ੍ਰਹਿ ਦੀ ਨੀਤੀ ਅਪਣਾਈ ਸੀ ਉਹਨੇ ਨੈਕਸਟ 21ਵਾਂ ਸਵਾਲ ਦੱਖਣ ਵਿਜੇ ਨੂੰ ਧਰਮ ਵਿਜੇ ਕਿਸ ਨੇ ਕਿਹਾ ਇਹ ਦੋ ਸੋਰਸਾਂ ਦੇ ਵਿੱਚ ਮਿਲਦਾ ਇੱਕ ਹਿਮਚੰਦਰ ਰਾਏ ਚੌਧਰੀ ਹੈ ਇਹ ਇਤਿਹਾਸਕਾਰ ਆ ਪ੍ਰਾਚਨ ਭਾਰਤ ਦਾ ਇਹਨੇ ਕਿਹਾ ਸੀ ਦੱਖਣ ਵਿਜੇ ਨੂੰ ਧਰਮ ਵਿਜੇ ਤਾਂ ਇਹਨੇ ਕਿਹੜੇ ਸੋਰਸ ਵਰਤੇ ਕਾਲੀਦਾਸ ਦਾ ਰਗੁਬੰਦ ਸੁਨਾਟਕ ਵਰਤ ਕੇ ਠੀਕ ਹੈ ਕਾਲੀਦਾਸ ਦਾ ਰਗੁਬੰਦ ਸੁਨਾਟਕ ਇਹ ਪੜਿਆ ਇਹਦੇ ਵਿੱਚ ਇਹਨੇ ਕਿਹਾ ਵੀ ਜਿਹੜੀ ਦੱਖਣ ਵਿਜੇ ਕੀਤੀ ਸਮੁੰਦਰ ਗੁਪਤ ਨੇ ਉਹਨੂੰ ਧਰਮ ਵਿਜੇ ਦੇ ਨਾਮ ਨਾਲ ਜਾਣਿਆ ਜਾਂਦਾ ਠੀਕ ਹੈ ਨੈਕਸਟ 22ਵਾਂ ਸਵਾਲ ਸਮੁੰਦਰ ਗੁਪਤ ਨੇ ਦੂਸਰੇ ਆਰਿਆ ਵਰਤ ਯੁੱਧ ਚ ਹੁਣ ਦੂਸਰੇ ਪਹਿਲੇ ਦੇ ਵਿੱਚ ਚਾਰ ਰਾਜਾਂ ਨੂੰ ਹਰਾਇਆ ਦੂਸਰੇ ਚ ਕਿੰਨੇ ਰਾਜਾਂ ਨੂੰ ਹਰਾਇਆ ਦੂਸਰੇ ਚ ਹਰਾਇਆ 9 ਨੂੰ 9 ਕਿਹੜੇ-ਕਿਹੜੇ ਸੀਗੇ ਇੱਕ ਸੀ ਰੁੱਦਰਦੇਵ ਇੱਕ ਮੰਤੀਲ ਨਾਗਦੱਤ ਚੰਦਰ ਵਰਮਾ ਗਣਪਤੀਨਾਗ नागसेन ਅਚੂਤ ਨੰਦੀ ਬਾੜ ਵਰਮਾ ਹੁਣ ਪਹਿਲੇ ਚਾਰ ਦੇ ਵਿੱਚ ਇੱਕ ਤਾਂ ਉਹਨੇ ਨਾਗਦੱਤ ਨੂੰ ਵੀ ਹਰਾਤਾ ਸੀ ਹਨ ਇੱਕ ਅਚੂਤ ਨੂੰ ਹਰਾਇਆ ਸੀ ਗਣਪਤੀਨਾਗ ਨੂੰ ਹਰਾਇਆ ਸੀ ਤੇ ਨਾਗਸੈਨ ਨੂੰ ਹਰਾਇਆ ਸੀ ਠੀਕ ਹੈ ਨਾਗਸੈਨ ਜਾਂ ਨਾਗਦੱਤ ਇਹਨਾਂ ਨੂੰ ਇਹਨਾਂ ਨੂੰ ਹਰਾਇਆ ਸੀ ਠੀਕ ਹੈ ਇਹ ਯਾਦ ਰੱਖਿਓ ਇਹਦਾ ਪਹਿਲਾਂ ਦੋਨੇ ਹਰਾਇ ਦਿੱਤੇ ਸੀਗੇ ਨੈਕਸਟ 23ਵਾਂ ਸਵਾਲ ਆਰਿਆ ਵਰਤ ਦੇ ਰਾਜਾਂ ਪ੍ਰਤੀ ਸਮੁੰਦਰ ਗੁਪਤ ਨੇ ਕਿਹੜੀ ਨੀਤੀ ਅਪਣਾਈ ਹੁਣ ਆਰਿਆ ਵਰਤ ਦੇ ਜਿਹੜੇ ਰਾਜੇ ਸੀ ਇਹਨਾਂ ਵਰ ਪ੍ਰਤੀ ਉਹਨੇ ਨੀਤੀ ਅਪਣਾਈ ਸੀ ਪ੍ਰਸ਼ਬੋਧਰਨ ਇਹਦਾ ਮਤਲਬ ਹੈਗਾ ਜੜ ਤੋਂ ਉਖਾੜ ਦੇਣਾ ਤੇ ਆਪਣੇ ਰਾਜ ਦੇ ਵਿੱਚ ਸ਼ਾਮਲ ਕਰ ਲੈਣਾ ਪ੍ਰਸ਼ਬੋਧਰਨ ਠੀਕ ਹੈ ਨੈਕਸਟ 24ਵਾਂ ਸਵਾਲ ਆਰਟਵਿਕ ਰਾਜਾਂ ਜਾਂ ਆਰਟਵਿਕ ਰਾਜਾਂ ਚ ਕਿੰਨੇ ਰਾਜ ਸ਼ਾਮਲ ਸੀ ਹੁਣ ਆਰਟਵਿਕ ਜਿਹੜੇ ਜੰਗਲ ਜੰਗਲ ਸੀਗੇ ਠੀਕ ਹੈ ਆਰਟਵਿਕ ਕਿਹੜੇ ਸੀਗੇ ਜੰਗਲ ਜੰਗਲਾਂ ਦੇ ਵਿੱਚ ਜਿਹੜੇ ਰਾਜ ਸੀ ਉਹ 18 ਸੀ ਇਹ ਮੰਨੇ ਜਾਂਦੇ ਆ ਪ੍ਰਯਾਗ ਪ੍ਰਸਸਤੀ ਦੇ ਅਨੁਸਾਰ ਠੀਕ ਹੈ ਪ੍ਰਯਾਗ ਪ੍ਰਸਸਤੀ ਤਾਂ ਇਹਦੇ 'ਚ 18 ਸਾਮਲ ਸੀ ਤਾਂ ਪ੍ਰਿਆ ਜਿਹੜਾ ਆਰਥਵਿਕ ਰਾਜੇ ਆ ਇਹ ਵੀ ਸਮੁੰਦਰਗੁਪਤ ਨੇ ਜਿੱਤ ਲਏ ਸੀਗੇ ਇਹਨਾਂ ਦੇ ਪ੍ਰਤੀ ਉਹਨੇ ਕਿਹੜੀ ਨੀਤੀ ਅਪਣਾਈ ਸੀ ਪਰਚਾਰਕੀ ਕਰਤ ਪਰਚਾਰਕੀ ਕਰਤ ਦਾ ਮਤਲਬ ਉਹਨਾਂ ਨੂੰ ਦਾਸ ਬਣਾ ਲਿਆ ਸੀ ਤਾਂ ਹੁਣ ਅਖੀਰ ਤੇ ਫਿਰ ਮੈਂ ਇਹ ਬੀਮਾ 25ਵਾਂ ਸਵਾਲ ਸੀ ਆਪਣਾ ਆਖਰੀ ਤਾਂ 25ਵੇਂ ਸਵਾਲ ਤੋਂ ਬਾਅਦ ਫਿਰ ਉਹੀ ਮੈਂ ਤੁਹਾਨੂੰ ਪੁੱਛੂੰਗਾ ਕਿ ਪ੍ਰਯਾਗ ਪ੍ਰਸਸਤੀ ਕਿਸ ਦੁਆਰਾ ਲਿਖੀ ਗਈ ਅੱਜ ਜੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਵਾਬ ਦੇ ਸਕਦੇ ਹੋ ਤਾਂ ਜਰੂਰ ਦਿਓ ਕੱਲ ਦੀ ਵੀਡੀਓ 'ਚ ਆਪਾਂ ਪ੍ਰਯਾਗ ਪ੍ਰਸਸਤੀ ਕਿਹਨੇ ਦਿੱਤੀ ਇਸ ਬਾਰੇ ਵੀ ਦੱਸਾਂਗੇ ਤੇ ਕੱਲ ਦੀ ਵੀਡੀਓ ਆਪਾਂ ਫੇਰ ਸਮੁੰਦਰ ਗੁਪਤ ਤੇ ਹੋਰ ਸਵਾਲ ਲੈ ਕੇ ਆਵਾਂਗੇ ਤੇ ਕਿਉਂਕਿ ਸਮੁੰਦਰ ਗੁਪਤ ਤੇ ਚੰਦਰ ਗੁਪਤ 2 ਪੰਜਾਬ ਲੈਕਚਰਰ ਕੈਡਰ ਦੇ ਸਿਲੇਬਸ ਦਾ ਪਾਰਟ ਆ ਤੇ ਇਸ ਦੇ ਨਾਲ ਹੀ ਇਹਦੇ ਪਤਨ ਦੇ ਕਾਰਨ ਇੰਨਾ ਕੀ ਆ ਕੁਝ ਜ਼ਿਆਦਾ ਨਾ ਪੜੀ ਜਾਇਓ ਚੰਦਰ ਗੁਪਤ ਪਹਿਲਾ ਨਾ ਤੇ ਰਾਧਾ ਗੁਪਤ ਸਕੰਧ ਗੁਪਤ ਇਹ ਸਾਰੇ ਸਿਲੇਬਸ ਦਾ ਪਾਰਟ ਨਹੀਂ ਹੈਗੇ ਠੀਕ ਹੈ ਇਹਨਾਂ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਤੁਸੀਂ ਜ਼ਿਆਦਾ ਡਿਟੇਲ ਚ ਪੜੋ ਸਮੁੰਦਰ ਗੋਪਤ ਨੂੰ ਤੇ ਚੰਦਰ ਗੋਪਤ ਸੈਕੰਡ ਨੂੰ ਤੇ ਇਹਦੇ ਪਤਨ ਦੇ ਕਾਰਨ ਨੂੰ ਪਤਨ ਦੇ ਕਾਰਨਾਂ ਦੇ ਵਿੱਚ ਤੋਂ ਪਹਿਲੇ ਬਹੁਤ ਜ਼ਿਆਦਾ ਸਵਾਲ ਨਹੀਂ ਬਣਦੇ ਹੁੰਦੇ ਤੇ ਜੇ ਬਣ ਵੀ ਗਏ ਜਿਹੜੇ ਫੈਕਚੁਅਲ ਦੇ ਨਾਲ ਕਨਸੈਪਚੁਅਲ ਥੋੜੇ ਬਣ ਸਕਦੇ ਹੁੰਦੇ ਆ ਤੇ ਬਾਕੀ ਪਤਨ ਦੇ ਕਾਰਨਾਂ ਚ ਸੇਮ ਜਿਹੇ ਹੁੰਦੇ ਕਾਰਨ ਜੇ ਹੁੰਦੇ ਨੇ ਪਤਨ ਦੇ ਜਿਵੇਂ ਨਰਮਲ ਦੇ ਅਯੋਗ ਸਾਸਕਾ ਆਰਥਿਕ ਦੁਰਬਲਤਾ ਇਹ ਜੇ ਕਾਰਨ ਹੀ ਹੁੰਦੇ ਆ ਠੀਕ ਹੈ ਫਿਰ ਵੀ ਆਪਾਂ 4-5 ਜਾਂ 10 ਕੁਐਸਚਨ ਪਤਨ ਦੇ ਕਾਰਨਾਂ ਤੇ ਵੀ ਜ਼ਰੂਰ ਬਣਾਵਾਂਗੇ ਤੇ ਸਾਥਿਓ ਜੇ ਸਾਡਾ ਇਹ ਅਪਰਾਲਾ ਤੁਹਾਨੂੰ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਿਓ ਜਿਹੜੇ ਸਾਥੀਆਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਥੀ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਘੱਟ ਟਾਈਮ ਦੇ ਵਿੱਚ ਬਹੁਤ ਬਹੁਤ ਫੈਕਟ ਇੱਕ ਸਵਾਲ ਨਾਲ ਜਿਆਦਾ ਫੈਕਟ ਸਾਂਝੇ ਕਰਦੇ ਹਾਂ ਤੇ ਜਿਹੜੇ ਸਾਥੀਆਂ ਕੋਲੇ ਇਹ ਜਿਹੜੇ ਫੈਕਟ ਨਹੀਂ ਹੈਗੇ ਆਪਣੀ ਕਾਪੀ ਦੇ ਵਿੱਚ ਲਿਖੇ ਹੋਏ ਜਾਂ ਘੱਟ ਯਾਦ ਰਹਿੰਦੇ ਆ ਉਹ ਕਾਪੀਆਂ ਦੇ ਵਿੱਚ ਨੋਟ ਕਰ ਲਓ ਤੇ ਬਾਰੀ-ਬਾਰੀ ਰਿਵੀਜ਼ਨ ਕਰੋ ਇਹ ਰੀਸੈਕ ਕੋਲਾ ਬਾਰੀ ਬਾਰੀ ਰਿਵੀਜ਼ਨ ਕਰੋਗੇ ਨਾ ਤਾਂ ਹੀ ਯਾਦ ਹੋਣਗੇ ਬਿਨਾਂ ਰਿਵੀਜ਼ਨ ਤੋਂ ਯਾਦ ਨਹੀਂ ਹੁੰਦੇ ਇਹ ਧਿਆਨ ਚ ਰੱਖ ਲਓ ਜਿਹੜਾ ਬੰਦਾ ਜ਼ਿਆਦਾ ਰਿਵੀਜ਼ਨ ਕਰਦਾ ਉਹੀ ਬੰਦਾ ਕਾਮਯਾਬ ਹੁੰਦਾ ਥੈਂਕ ਯੂ ਸਾਥਿਓ